ਮੇਰੇ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਉਸ ਵਾਹਿਗੁਰੂ ਦੀ ਅਪਾਰ ਕਿਰਪਾ ਦੇ ਨਾਲ ਮੈਂ ਉਸ ਸਮੇਂ ਬਾਲ ਬਾਲ ਬਚ ਗਿਆ। ਇਹ ਜਿਹੜਾ ਸਰਬਜੀਤ ਸਿੰਘ ਛੱਬਾ ਹੈ ਇਹ ਬੜਾ ਤਕੜਾ ਗੈਂਗਸਟਰ ਬਣਦਾ ਹੈ। ਜਦੋਂ ਇਹਨੇ ਸ਼ਰਿਆ ਮੇਰੇ ਤੇ ਗੋਲੀਆਂ ਚਲਾਈਆਂ ਜੀ, ਉਹਦੀ ਪ੍ਰੋਪਰ ਸੀਸੀਟੀਵੀ ਕਵਰੇਜ ਜਿਹੜੀ ਘਰ ਦੇ ਬਾਹਰ ਕੈਮਰੇ ਲੱਗੇ ਸੀ ਭਾਜੀ ਦੇ, ਕਿ ਉਹ ਰਿਕਾਰਡ ਹੋ ਗਈ ਜੀ। ਹੈਰਾਨੀ ਵਾਲੀ ਮੈਂ ਗੱਲ ਤੁਹਾਨੂੰ ਦੱਸਦਾ ਕਿ ਇੰਨੇ ਅਥੈਂਟਿਕ ਐਵੀਡੈਂਸ ਹੋਣ ਦੇ ਬਾਵਜੂਦ ਇਸ ਬੰਦੇ ਦੀ ਬਾਹਰੋਂ ਬਾਹਰ ਐਂਟੀਸਪੇਟਰੀ ਬੇਲ ਹੋ ਗਈ। ਮੈਨੂੰ ਵੀ ਨਾ ਜੀ ਇਹ ਕੱਲ ਹੀ ਪਤਾ ਲੱਗਾ ਕਿ ਜਦੋਂ ਇਹ ਬੰਦਾ ਉੱਤਰਾਖੰਡ ਦੇ ਵਿੱਚ ਉੱਥੋਂ ਕਤਲ ਕਰਕੇ ਅਤੇ ਫਰਾਰ ਹੋ ਗਿਆ ਜੀ, ਇਹ ਜਿਹੜਾ ਸਰਬਜੀਤ ਸਿੰਘ ਛੱਬਾ ਇਹ ਬੜਾ ਤਕੜਾ ਗੈਂਗਸਟਰ ਬਣਦਾ ਜੀ। ਸ਼ਾਇਦ ਕੁਝ ਲੋਕਾਂ ਨੂੰ ਮਹਿਸੂਸ ਹੁੰਦਾ ਹੋਊਗਾ ਕਿ ਸ਼ਾਇਦ ਇਹ ਬੜੀ ਚੰਗੀ ਸੋਚ ਵਾਲਾ ਇਨਸਾਨ ਆ। ਕਿਤੇ ਇਸ ਇਨਸਾਨ ਬਾਰੇ ਥੋੜ੍ਹੇ ਜਿਹੇ ਮੈਂ ਤੁਹਾਨੂੰ ਪਿਛੋਕੜ ਬਾਰੇ ਦੱਸ ਦਿੰਦਾ ਕਿ ਇਹ ਇੱਕ ਕ੍ਰਿਮੀਨਲ ਕਿਸਮ ਦਾ ਅਤੇ ਅਕਿਰਤ ਘਣ ਇਨਸਾਨ। ਇਸ ਬੰਦੇ 'ਤੇ ਘੱਟੋ ਘੱਟ ਨਹੀਂ ਕੋਈ 13-14 ਮੁਕੱਦਮੇ ਦਰਜ ਹੈ, ਜਿਹਦੇ ਵਿੱਚ NDPS ਦੇ ਮੁਕੱਦਮੇ, ਫਰੌਤੀਆਂ ਦੇ ਮੁਕੱਦਮੇ, ਕਿਡਨੈਪਿੰਗ ਦੇ ਮੁਕੱਦਮੇ, ਕਿਉਂਕਿ ਹੈਪਸ਼ੂਅਲ ਕ੍ਰਿਮੀਨਲ ਬੰਦਾ ਜੀ। ਅਤੇ ਇਸ ਬੰਦੇ ਨੇ ਪਿਛਲੇ ਸਮੇਂ ਦੇ ਵਿੱਚ ਕਿ ਸ਼ਰੇਆਮ ਮੈਂ ਆਪਣੇ ਰੂਟੀਨ ਦੀ ਤਰ੍ਹਾਂ ਰਾਜਨੀਤੀ ਖੇਤਰ ਦੇ ਵਿੱਚ ਲੋਕਾਂ ਨੂੰ ਮਿਲ ਕੇ ਜਾਂਦਾ ਸੀ, ਅਤੇ ਪਿਛਲੇ ਸਮੇਂ ਦੇ ਦੌਰਾਨ ਮੈਂ MLA ਮੰਨਾ ਜੀ ਦੀ ਰਿਹਾਇਸ਼ ਤੋਂ ਬਾਹਰ ਨਿਕਲ ਰਿਹਾ ਸੀ ਅਤੇ ਅਚਾਨਕ ਇਹ ਸਰਬਜੀਤ ਸਿੰਘ ਛੱਬਾ, ਇਹਦਾ ਭਾਣਜਾ ਜਸਕੀਰਤ ਸਿੰਘ ਉਰਫ ਲਾਲਾ ਦੇ ਨਾਂ 'ਤੇ ਜਾਣਿਆ ਜਾਂਦਾ ਅਤੇ ਇਹਦਾ ਸਾਲਾ ਜ਼ੋਰਾਵਰ ਸਿੰਘ, ਇਹਨਾਂ ਗੱਡੀ ਦੇ ਵਿੱਚੋਂ ਉਤਰ ਕੇ ਸ਼ਰੇਆਮ ਮੇਰੇ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਸ ਵਾਹਿਗੁਰੂ ਦੀ ਅਪਾਰ ਕਿਰਪਾ ਦੇ ਨਾਲ ਮੈਂ ਉਸ ਸਮੇਂ ਬਾਲ ਬਾਲ ਬਚਿਆ। ਇਸ ਬੰਦੇ ਦੇ ਬਾਰੇ ਤੁਸੀਂ ਇਲਾਕੇ ਤੋਂ ਪੁੱਛ ਕੇ ਦੇਖ ਲਓ, ਨਸ਼ੇ ਦਾ ਆਦੀ ਬੰਦਾ ਹੈ, NDPS ਐਕਟ ਦੇ ਪਰਚੇ ਤੱਕ ਦਰਜ ਨੇ। ਮੈਂ ਹੈਰਾਨ ਹਾਂ ਇਸ ਚੀਜ਼ 'ਤੇ ਕਿ ਅੱਜ ਤੱਕ ਇਹ ਬੰਦੇ ਨੇ ਮਾਨਯੋਗ ਹਾਈ ਕੋਰਟ ਦੀਆਂ ਵੀ ਵਾਇਲੇਸ਼ਨਾਂ ਕੀਤੀਆਂ, ਇਹਨੂੰ ਬੇਲਾਂ ਮਿਲਦੀਆਂ ਰਹੀਆਂ ਨੇ, ਕਿਉਂਕਿ ਇਸ ਬੰਦੇ ਦੀ ਹਮੇਸ਼ਾ ਹੀ ਪੋਲੀਟੀਕਲ ਤੌਰ 'ਤੇ ਲੀਡਰਾਂ ਦੇ ਨਾਲ ਤਾਲਮੇਲ ਰਿਹਾ ਹੈ। ਅਤੇ ਜੇ ਕਿਤੇ ਸਹੀ ਤੌਰ 'ਤੇ ਇਸ ਬੰਦੇ ਦੀ ਮੈਂ ਤੁਹਾਨੂੰ ਡਿਟੇਲ ਸਾਰੀ ਦਿੰਦਾ ਕਿ ਇੱਥੇ ਪੂਰੀ ਨੱਥ ਪਈ ਹੁੰਦੀ ਅਤੇ ਸ਼ਾਇਦ ਅੱਜ ਜਿਹੜਾ ਇਹ UP ਦੇ ਵਿੱਚ ਕੰਮ ਕਰਕੇ ਆਇਆ ਸ਼ਾਇਦ ਉਸ ਇਨਸਾਨ ਦੀ ਅੱਜ ਜਾਨ ਨਾ ਜਾਂਦੀ। ਥਾਣਾ ਬੈਰੋਵਾਲ ਦੇ ਵਿੱਚ 307 ਦੇ ਮੁਕੱਦਮਾ ਦਰਜ ਹੋ ਗਿਆ, ਆਰਮ ਐਕਟ ਲੱਗਾ ਜੀ। ਪਰ ਹੈਰਾਨੀ ਵਾਲੀ ਮੈਂ ਗੱਲ ਤੁਹਾਨੂੰ ਦੱਸਦਾ ਕਿ ਇੰਨੇ ਅਥੈਂਟਿਕ ਐਵੀਡੈਂਸ ਹੋਣ ਦੇ ਬਾਵਜੂਦ ਇਸ ਬੰਦੇ ਦੀ ਬਾਹਰੋਂ ਬਾਹਰ ਐਂਟੀਸਪੇਟਰੀ ਬੇਲ ਹੋ ਗਈ ਤੇ ਡਿਊਰਿੰਗ ਐਂਟੀਸਪੇਟਰੀ ਬੇਲ ਦੇ ਇਸ ਬੰਦੇ ਨੇ ਫਿਰ ਨਿੱਜੀ ਰਿਹਾਇਸ਼ 'ਤੇ ਫਿਰ ਸ਼ਰੇਆਮ ਆ ਕੇ ਗੋਲੀਆਂ ਚਲਾਈਆਂ ਜੀ, ਅਤੇ ਜਿਹਦੇ 'ਤੇ ਇਹਦੇ 'ਚ ਫਿਰ 336 ਦਾ ਮੁਕੱਦਮਾ ਦਰਜ ਹੋਇਆ ਅਤੇ ਇਹਤੇ ਅਰੈਸਟ ਹੋਈ। ਅਤੇ ਮੈਂ ਹੈਰਾਨ ਹਾਂ ਕਿ ਇਹਦੇ ਅਰੈਸਟ ਹੋਣ ਦੇ ਦਰਮਿਆਨ
ਪ੍ਰਸ਼ਾਸਨ ਨੇ ਕੋਈ ਪ੍ਰੈਜੈਂਟੇਸ਼ਨ ਨਹੀਂ ਦਿੱਤੀ ਕਿ ਇਹ ਬੰਦਾ 307 ਦੇ ਕੇਸ ਦੇ ਵਿੱਚ ਐਂਟੀਸਪੇਟਰੀ ਬੇਲ 'ਤੇ ਹੈ, ਇਹਨੇ ਮਾਨਯੋਗ ਹਾਈਕੋਰਟ ਦੀ ਵੀ ਵਾਇਲੇਸ਼ਨ ਕੀਤੀ ਹੈ। ਕਿਸੇ ਨੇ ਕੋਈ ਪ੍ਰੈਜੈਂਟੇਸ਼ਨ ਨਹੀਂ ਦਿੱਤੀ ਅਤੇ ਉਲਟਾ 2 ਮਹੀਨਿਆਂ ਬਾਅਦ ਇਹਦਾ ਚਲਾਨ ਨਾ ਪੇਸ਼ ਹੋਣ ਕਰਕੇ 336 ਦੇ 'ਤੇ ਇਹ ਬੰਦਾ ਫਿਰ ਬਾਹਰ ਆ ਜਾਂਦਾ। ਲਗਾਤਾਰ ਮੈਂ ਪ੍ਰਸ਼ਾਸਨ ਦੇ ਧਿਆਨ 'ਚ ਬੜੀ ਵਾਰੀ ਬੇਨਤੀ ਕੀਤੀ ਹੈ ਕਿ ਇਸ ਬੰਦੇ ਤੋਂ ਸਮੁੱਚਾ ਮੈਨੂੰ ਮੇਰੇ ਪਰਿਵਾਰ ਨੂੰ ਖਤਰਾ ਹੈ। ਮੈਂ ਵਾਰ ਵਾਰ DGP ਸਾਹਿਬ ਦੇ ਵੀ ਧਿਆਨ 'ਚ ਦਿੱਤਾ, ਸੰਬੰਧਿਤ ਜਿੱਥੇ ਜਿੱਥੇ ਵੀ ਮੈਂ ਦੱਸ ਸਕਦਾ ਸੀ ਮੈਂ ਦੱਸਿਆ ਕਿ ਇਹ ਬੰਦਾ ਹੈਕਚੁਅਲ ਕ੍ਰਿਮੀਨਲ ਬੰਦਾ, ਇੱਥੇ ਕੋਈ ਵਿਸ਼ਵਾਸ ਵਾਲੀ ਗੱਲ ਨਹੀਂ ਹੈ ਕਿ ਇਹ ਕਿਸੇ ਸਮੇਂ ਕੁਝ ਵੀ ਕਰ ਸਕਦਾ। ਅਤੇ ਮੇਰੇ 'ਤੇ ਲਗਾਤਾਰ ਇਹਨੇ 3-4 ਵਾਰੀ ਬੰਦੇ ਨੇ ਪਲੈਨਿੰਗ ਬਣਾਈ ਆ ਜਿਹਦੇ ਵਿੱਚ ਇਹਦੇ ਮਨਸੂਬੇ ਜਿਹੜੇ ਉਹ ਕਾਮਯਾਬ ਨਹੀਂ ਹੋਏ, ਕਿਉਂਕਿ ਲੋਕ ਸਾਨੂੰ ਪਿਆਰ ਕਰਦੇ ਸੀ, ਹਮੇਸ਼ਾ ਕੋਈ ਨਾ ਕੋਈ ਬੰਦਾ ਇਸ ਬੰਦੇ ਤੋਂ ਅਵੇਅਰ ਕਰ ਦਿੰਦਾ ਸੀ। ਅਤੇ ਇਹਦੇ ਦਰਮਿਆਨ ਕੋਈ ਆ 6-7 ਮਹੀਨੇ ਪਹਿਲਾਂ ਇਹਦਾ ਜਿਹੜਾ ਭਾਣਜਾ ਜਸਕੀਰਤ ਸਿੰਘ ਉਰਫ ਲਾਲਾ, ਉਹਦੇ ਕੋਲੋਂ ਮੇਰੇ ਘਰ ਦੀ ਦੂਰੀ ਤੋਂ 6-7 ਕਿਲੋਮੀਟਰ 'ਤੇ ਰਿਵੋਲਵਰ ਵਿਦ ਰੌਂਦ ਵਗੈਰਾ, ਉਹ ਥਾਣਾ ਖਲਚੀਆਂ ਦੇ ਵਿੱਚ ਫਿਰ ਮੁਕੱਦਮੇ ਦਰਜ ਹੋਏ ਜਿਹਦੇ 'ਚ ਪਲੈਨਿੰਗ ਕਰਦੇ ਪਏ ਸੀ ਕਿ ਇਹਨੂੰ ਕਿੱਦਾਂ ਖਤਮ ਕਰਨਾ। ਪਰ ਉਸ ਵਾਹਿਗੁਰੂ ਦਾ ਮੈਂ ਸ਼ੁਕਰਗੁਜ਼ਾਰ ਹਾਂ ਕਿ ਕਦੀ ਜ਼ਿੰਦਗੀ ਦੇ ਵਿੱਚ ਆਪਾਂ ਕਦੀ ਕਿਸੇ ਦਾ ਦਿਲ ਨਹੀਂ ਦਿਖਾਇਆ, ਜਿਹਦੀ ਕਿਰਪਾ ਦੇ ਨਾਲ ਇਹ ਲੋਕਾਂ ਦੇ ਜਿਹੜੇ ਮਨਸੂਬੇ ਜਿਹੜੇ ਉਹ ਕਾਮਯਾਬ ਨਹੀਂ ਹੋਏ। ਪਰ ਇਹ ਬੰਦਾ ਹੈਕਚੁਅਲ ਵਾਰ ਵਾਰ ਬੇਨਤੀ ਕਰਦਾ ਕਿ ਨਸ਼ੇ ਦਾ ਆਦੀ, ਨਸ਼ਾ ਵੇਚਣ ਵਾਲਾ ਇਨਸਾਨ, ਇੱਥੇ ਜਿਹੜੇ ਪਰਚੇ ਨੇ ਮੈਂ ਤੁਹਾਨੂੰ ਡਿਟੇਲ ਦਿੰਦਾ ਸਾਰੀ ਕਿ ਵੱਖ ਵੱਖ ਸਟੇਟਾਂ ਦੇ ਵਿੱਚ ਇੱਥੇ ਪਰਚੇ ਦਰਜ ਨੇ। ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਬੰਦਾ ਕਿੱਦਾਂ ਇਹਦੀ ਬੇਲ ਹੋ ਜਾਂਦੀ, ਕਿਹਦਾ ਪ੍ਰਸ਼ਾਸਨ ਦੇ ਨਾਲ ਤਾਲ ਮਿਲਿਆ, ਮੈਨੂੰ ਅੱਜ ਤੱਕ ਸਮਝ ਦੇ ਵਿੱਚ ਨਹੀਂ ਆਈ। ਮੇਰਾ ਆ ਪਿਛਲੇ ਸਮੇਂ ਦੇ ਵਿੱਚ ਮੈਂ ਵਾਰ ਵਾਰ ਅਧਿਕਾਰੀਆਂ ਦੇ ਜਦੋਂ ਧਿਆਨ ਦੇ ਵਿੱਚ ਲਿਆਂਦਾ ਜੀ, ਅਤੇ ਫਿਰ ਮਾਨਯੋਗ ਹਾਈਕੋਰਟ ਦੇ ਵਿੱਚ ਵੀ ਮੈਂ ਇਸ ਚੀਜ਼ ਦੀ ਰਿਟ ਪਟੀਸ਼ਨ ਪਾਈ, ਅਤੇ ਮੈਨੂੰ ਜਿਹੜੇ ਆ ਉਹ ਸੁਰੱਖਿਆ ਕਰਮਚਾਰੀ ਇਹਨਾਂ ਨੇ ਦਿੱਤੇ ਆ ਦੋ। ਪਰ ਤੁਸੀਂ ਆ CCD ਦੇ ਵਿੱਚ ਵੀ ਵੇਖ ਲਓ ਕਿ ਮੇਰਾ ਪਰਿਵਾਰ ਜਿਹੜਾ ਸਮੁੱਚਾ ਦੂਜਾ ਤੀਜਾ ਇਹਦੇ ਸਾਰਾ ਟਾਰਗੇਟ 'ਤੇ ਹੈਗਾ। ਅਤੇ ਮੈਂ ਤਾਂ ਅਪੀਲ ਕੀਤੀ ਹਮੇਸ਼ਾ ਕਿ ਇਸ ਇਨਸਾਨ 'ਤੇ ਜਿਹੜੀ ਬਣਦੀ ਸਾਰੀ ਕਾਰਵਾਈ ਕਰਕੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਜਿਹੜਾ ਉਹ ਸੁਰੱਖਿਅਤ ਕੀਤਾ ਜਾਵੇ। ਪਰ ਇਸ ਬੰਦੇ ਦਾ ਲੋਕਲ ਕਿਤੇ ਨਾ ਕਿਤੇ ਸਾਰਾ ਤਾਲਮੇਲ ਹੈ ਜਾਂ ਕੀ ਗੱਲਬਾਤ ਆ ਕਿ ਇਹ ਬੰਦਾ ਵਾਰ ਵਾਰ ਐਂਟੀਸਪੇਟਰੀ ਬੇਲ ਇਹਨੂੰ ਕਿੱਦਾਂ ਮਿਲ ਜਾਂਦੀਆਂ ਨੇ, ਬੇਲਾਂ ਦੇ ਦਰਮਿਆਨ ਇੱਥੇ ਪਰਚੇ ਵੀ ਦਰਜ ਹੋ ਜਾਂਦੇ ਅਤੇ ਫਿਰ ਸ਼ਰੇਆਮ ਤੁਰਿਆ ਫਿਰ ਆ ਖਤਰਾ ਤੁਹਾਡੇ ਸਾਹਮਣੇ। ਮੈਂ ਤਾਂ ਕੱਲ੍ਹ ਹੈਰਾਨ ਸੀ ਕਿ ਜਦੋਂ ਮੈਨੂੰ ਪਤਾ ਲੱਗਾ ਕਿ ਇਹ ਬੰਦੇ ਨੇ ਫਿਰ ਉੱਥੇ ਕਤਲ ਕੀਤਾ, ਅਤੇ ਤੁਹਾਡੇ ਸਾਹਮਣੇ ਹੈ ਜੀ ਕਿ ਜਿਹੜੇ ਬੰਦੇ ਦੇ ਉੱਤੋਂ ਕੋਈ ਖੌਫਨਾਕ ਦੀ ਚੀਜ਼ ਹੀ ਨਾ ਹੋਵੇ ਉਹ ਕੁਝ ਵੀ ਕਰ ਸਕਦਾ। ਅਤੇ ਮੇਰੇ 'ਤੇ ਘੱਟੋ ਘੱਟ ਪਿਛਲੇ 2-2.5-3 ਸਾਲ ਤੋਂ ਲਗਾਤਾਰ ਇਹ ਪਲੈਨਿੰਗਾਂ ਬਣਾ ਰਿਹਾ ਜੀ, ਅਤੇ ਮੈਂ ਅੱਜ ਵੀ ਤੁਹਾਡੇ ਜ਼ਰੀਏ ਅਪੀਲ ਕਰਦਾ ਕਿ ਇਹੋ ਜਿਹੇ ਜਿਹੜੇ ਅਨਸਰਾਂ ਨੂੰ ਨੱਥ ਪਾਈ ਜਾਵੇ ਅਤੇ ਪਰਿਵਾਰਾਂ ਦੀ ਜਿਹੜੀ ਜਾਨ ਮਾਲ ਦੀ ਸੁਰੱਖਿਆ ਉਹ ਬਾਲ ਕੀਤੀ।